कोई रौला नहीं सेगा जी। एक जरा तुहाडे ते गाल कटन दा आरोप लगा। गाल किसे ने नहीं कटी। जिला जलंधर के गुराया शहर में अज बाद दोपहर उस वेले हंगामा हो गया जदों नगर कौंसल विच सफाई कर्मचारियों नूं चौधरी बिक्रमजीत वल्लों राशन वंडिया जा रहा सी। पर इस दौरान शहर के कुछ होर वार्डा विचों लोकी राशन लैण आ गए क्योंकि लोगों का कहना सी उन्होंने एमसी वल्लों कहा गया सी नगर कौंसल तो राशन मिल जाऊगा पर नगर कौंसल विच अजिहा नहीं होया ते राशन सिर्फ सफाई कर्मचारियों नूं ही दिता गया जिसके चलते जदों कांग्रेसी एमसी ने देखा तो बाहर लोगों की भीड़ लग गई और लोगों नूं मजबूरी दसण चला गया कि अज राशन सिर्फ सफाई कर्मचारियों नूं ते कल नूं तुहानूं दिता जाएगा। इस दौरान उतों निकल रहे लोक इंसाफ पार्टी के लीडर करमजीत सिंह अपने एक साथी नाल निकल रहे सी तां उन्होंने मोबाइल ते वीडियो बनाउणी शुरू कर दिती। बस फिर की सी ए देख कांग्रेसी एमसी रविंद्रपाल सिंह रिंकू भड़क गया ते उसकी लोक इंसाफ पार्टी के लीडर नाल बहस हो गई। हालांकि लोक इंसाफ पार्टी के लीडर का कहना है कि रिंकू ने उसनूं अते उसके साथी नूं गालां कढ़ियां अते उन्हां दा फोन भी खोया इस दे नाल ही परचा दर्ज करवाउण दी धमकी भी दित्ती जिस तों बाद लोक इंसाफ पार्टी के कुछ होर वर्कर भी आ गए ते ने पंजाब सरकार नगर कौंसल और रिंकू खिलाफ नारेबाजी भी की जिस तों बाद कुछ होर मोहतवारा ने दोहां धिरां नूं शांत करके मामले नूं शांत करवाया ते उत्थे मौजूद सारे लोगों नूं अपने अपने घरां विच भेजिया। ਗੁਰਾਇਆ ਤੋਂ ਹਲਚਲ ਟੁਡੇ ਲਈ ਬਿਊਰੋ ਰਿਪੋਰਟ। ਸਾਨੂੰ ਪਤਾ ਲੱਗਾ ਵੀ ਜਦੋਂ ਘਰ ਬੈਠੇ ਸੀ ਅਸੀਂ ਸਾਨੂੰ ਪਤਾ ਲੱਗਾ ਕਿਸੇ ਨੇ ਫੋਨ ਕੀਤਾ ਤੇ ਇੱਥੇ ਰਸ਼ ਪਿਆ ਆ ਅਸੀਂ ਦੇਖਣ ਆਏ ਸੀਗੇ ਅਸੀਂ ਇੱਕ ਵੀ ਬੰਦੇ ਨੂੰ ਕਿਹਾ ਨਹੀਂ ਸਿੰਗਲ ਬੰਦਾ ਕੋ ਹੱਥ ਖੜੀ ਕਰਕੇ ਵੀ ਅਸੀਂ ਲੋਕ ਇਨਸਾਫ ਪਾਰਟੀ ਵਾਲਿਆਂ ਨੇ ਜਾਂ ਅਸੀਂ ਕਿਹਾ ਹੋਵੇ ਇਹਨਾਂ ਨੂੰ ਵੀ ਇੱਥੇ ਆਓ ਇਹ ਐਮਸੀਆਂ ਨੇ ਆਪ ਬੁਲਾਏ ਆ ਬੰਦੇ ਐਮਸੀਆਂ ਨੇ ਆਪ ਕਿਉਂਕਿ ਰੰਕੂ ਦੇ ਬਿੱਟੂ ਦੇ ਵਾਰਡ ਦੇ ਬੰਦੇ ਆ ਜ਼ਿਆਦਾਤਰ ਇਹਨਾਂ ਨੇ ਆਪ ਫੋਨ ਕਰਕੇ ਬੁਲਾਏ ਆ ਜਿਹਨੂੰ ਵੀ ਪੁੱਛਿਆ ਕਿਹਨੂੰ ਬੁਲਾਇਆ ਕਹਿੰਦਾ ਸਾਨੂੰ ਐਮਸੀ ਨੇ ਬੁਲਾਇਆ ਵੀ ਆਧਾਰ ਕਾਰਡ ਲੈ ਕੇ ਆ ਜਾਵੇ ਜੇ ਅਸੀਂ ਇਸ ਚੀਜ਼ ਦੀ ਲੋਕਾਂ ਨਾਲ ਉੱਥੇ ਬਖਤਰਾ ਕਰਦੇ ਲੋਕਾਂ ਨਾਲ ਬਦਤਮੀਜੀ ਕਰਦੇ ਉੱਥੇ ਗੇਟ ਤੇ ਖੜ ਕੇ ਪ੍ਰਵਾਸੀਆਂ ਨੂੰ ਗਾਲਾਂ ਕੱਢਦੇ ਆ ਅਸੀਂ ਉਹਨਾਂ ਨਾਲ ਲਾਈਵ ਨਹੀਂ ਬਣਾ ਸਕਦੇ ਜੇ ਤਾਂ ਹੋਵੇ ਅਸੀਂ ਉਹਨਾਂ ਨੂੰ ਗਾਲ ਕੱਢੀ ਹੋਵੇ ਕੋਈ ਬਦਤਮੀਜੀ ਲਾਈਵ ਆ ਫੇਸਬੁੱਕ ਆ ਸਾਡਾ ਅਧਿਕਾਰ ਆ ਸਾਡੇ ਅਧਿਕਾਰ ਦੇ ਅੰਦਰ ਆਉਂਦੀ ਆ ਅਸੀਂ ਲਾਈਵ ਕਰੀਏ ਅਸੀਂ ਡੀਸੀ ਅੰਦਰ ਲਾਈਵ ਹੋ ਕੇ ਪੜ ਜਾਈਏ ਸਾਨੂੰ ਡੀਸੀ ਨਹੀਂ ਰੋਕ ਸਕਦਾ ਇਹ ਆ ਕੇ ਇਹਨਾਂ ਨੇ ਗੁੰਡਾਗਰਦੀ ਕੀਤੀ ਹੁਣੇ ਗਾਲਾਂ ਤੋਂ ਮੁੱਕਰ ਗਿਆ ਇਹਨਾਂ ਨੇ ਦੋ ਤਿੰਨ ਗਾਲਾਂ ਕੱਢੀਆਂ ਨਾਲ ਚਲੋ ਬਾਕੀਆਂ ਦਾ ਆਪਾਂ ਨਾਂ ਨਹੀਂ ਲੈਣਾ ਠੀਕ ਨੇ ਪਰ ਜਿਹੜਾ ਰੈਂਕੂ ਐਮਸੀ ਨੇ ਐਤਕੀ ਬਾਕੇ ਬਦਤਮੀਜੀ ਕੀਤੀ ਹੈ ਇਹਦਾ ਜਵਾਬ ਤਾਂ ਲੋਕਾਂ ਨੇ ਦੇ ਹੀ ਦੇਣਾ ਇਹਨਾਂ ਨੂੰ ਵੋਟਾਂ ਦੇ ਵਿੱਚ ਦੇ ਹੀ ਦੇਣਾ ਵੀ ਇਹਨਾਂ ਨੂੰ ਰੋਂਦਿਆਂ ਨੂੰ ਸਾਹ ਨਹੀਂ ਆਉਂਦਾ ਹੁੰਦਾ ਪਰ ਇਹਨਾਂ ਨੇ ਲੋਕਤੰਤਰ ਦਾ ਘਾਣ ਕੀਤਾ ਸਾਨੂੰ ਕਹਿੰਦੇ ਜੀ ਐਸਐਚਓ ਗਰਾਇਆ ਇੱਥੇ ਹੈ ਨਹੀਂ ਆ ਜੀ ਦਾਤੇ ਨੇ ਤਾਂ ਪਰਚਾ ਕਰਾਉਣਾ ਕਦੇ ਐਸਐਚਓ ਨਾ ਹੋਵੇ ਪਰਚੇ ਨਹੀਂ ਹੁੰਦੇ ਜੇ ਗਰਾਇਆ ਐਸਐਚਓ ਛੁੱਟੀ ਦੇਵੇ ਤਾਂ ਕੀ ਗੱਲ ਗਰਾਇਆ ਠਾਣਾ ਬੰਦ ਹੋ ਜਾਊਗਾ ਹੁਣ ਸਾਡੇ ਤੇ ਕਰਾ ਦਿਓ ਪਰਚੇ ਬਾਕੀ ਐਸਆਈ ਦੇਵਾ ਸਾਰੇ ਅਮਲਾ ਆ ਉਹਨਾਂ ਨੇ ਬੰਦ ਕਰਾ ਦਿਓ ਸਾਡੇ ਤੇ ਕਰ ਦਿਓ ਪਰਚੇ ਅਸੀਂ ਸਰਵ ਲੋਕਾਂ ਦੀ ਆ ਗਏ ਆਵਾਜ਼ ਉਠਾਈ ਆ ਵੀ ਲੋਕਾਂ ਨੂੰ ਜ਼ਮੀਰ ਗਾਲਾਂ ਨਾ ਕੱਢੋ ਲੋਕਾਂ ਨੂੰ ਦੱਬ ਕੇ ਨਾ ਮਾਰੋ ਇਹ ਲੋਕਤੰਤਰ ਆ ਇਹ ਲੋਕੀ ਜਿੰਨਾ ਵੀ ਲੈਣਾ ਹੈ ਆਪਣਾ ਹੱਕ ਲੈਣਾ ਕੋਈ ਆਰਾਮ ਦਾ ਕਮਾਈ ਨਹੀਂ ਲੈਣਾ ਹੈ ਆਪਣੇ ਕੋਈ ਗੁੰਡਾ ਦੇ ਧੱਕੇ ਨਾਲ ਕੋਈ ਚੋਰੀ ਨਹੀਂ ਕਰਨਾ ਹੈ ਖੜਾ ਨਾ ਸੋਵੇ ਆਰਾਮ ਨਾਲ ਪੇਸ਼ ਹੋ ਸਾਰੇ ਰਿਸਪੈਕਟਡ ਆ ਅਸੀਂ ਜਿਹੜਾ ਹੁਣ ਪਿਆ ਥੋੜੇ ਦਿਨ ਪਹਿਲਾਂ ਕੋਈ ਰੌਲਾ ਨਹੀਂ ਸੀਗਾ ਜੀ ਅੱਜ ਜਿੱਦਾਂ ਚੌਧਰੀ ਵਿਕਰਮ ਸਿੰਘ ਜੀ ਵਿਕਰਮਜੀਤ ਚੌਧਰੀ ਨੇ ਜੋ ਕਿ ਹਲਕਾ ਇੰਚਾਰਜ ਨੇ ਫਲੋਰ ਹਲਕੇ ਦੇ ਉਹਨਾਂ ਨੇ ਆਪਣੇ ਨਿੱਜੀ ਖਰਚੇ 'ਚੋਂ ਸਾਡੇ ਸਫਾਈ ਸੇਵਕਾਂ ਨੂੰ ਜੋ ਅੱਜ ਰਾਸ਼ਨ ਵੰਡਣਾ ਸੀਗਾ ਉਸ ਲਈ ਸਾਰੇ ਕੌਂਸਲਰਸ ਇੱਥੇ ਅੱਜ ਇਕੱਠੇ ਹੋਏ ਸੀਗੇ ਉਸ ਲਈ ਅਸੀਂ ਉਹਨਾਂ ਨੇ ਨਿੱਜੀ ਖਰਚੇ 'ਚੋਂ 150-200 ਬੈਗ ਫਲੋਰ ਸ਼ਹਿਰ ਦੇ ਵਿੱਚ ਇਕੱਠਾ ਕੀਤਾ ਬਣਾ ਰਹੇ ਆ ਉਹ ਕਿਸੇ ਕਾਰਨ 1-2 ਘੰਟੇ ਲੇਟ ਹੋ ਗਿਆ ਜਿਸ ਕਰਕੇ ਅਸੀਂ ਸਾਰਿਆਂ ਨੂੰ ਅੱਜ ਇੱਥੇ ਕਮੇਟੀ ਕਰ ਸਕਦਾ ਸੀ ਵੀ ਇੱਥੇ ਡਿਸਟ੍ਰੀਬਿਊਟ ਕਰਾਂਗੇ ਉਸ ਕਰਕੇ ਚੰਦ ਬੰਦਿਆਂ ਨੇ ਉਹਨਾਂ ਨੂੰ ਭੜਕਾ ਕੇ ਹੋ ਗਿਆ ਅਦਰਵਾਈਜ਼ ਕੋਈ ਇੱਦਾਂ ਦਾ ਕੋਈ ਕਿਸੇ ਕਿਸਮ ਦਾ ਰੌਲਾ ਨਹੀਂ ਉਹਨਾਂ ਨੂੰ ਰਾਸ਼ਨ ਮਿਲੂਗਾ ਕੱਲ੍ਹ ਨੂੰ ਹਰ ਹਾਲਤ 'ਚ ਹਰੇਕ ਦੇ ਘਰ ਘਰ ਰਾਸ਼ਨ ਪਹੁੰਚਾਇਆ ਜਾਊ ਗਾਲ ਕਿਸੇ ਨੇ ਨਹੀਂ ਕੱਢੀ ਮੋਬਾਈਲ ਹਾਂਜੀ ਮੋਬਾਈਲ ਖੋ ਕੇ ਦਿੱਤਾ ਜੀ ਕਿਉਂਕਿ ਮੋਬਾਈਲ ਦੇ ਤੁਸੀਂ ਪ੍ਰੈਸ ਰਿਪੋਰਟਰ ਹੈ ਨਾ ਜੀ ਤੁਹਾਡੇ ਕੋਲ ਤਾਂ ਅਥਾਰਟੀ ਹੈਗੀ ਹੈ ਨਾ ਜੀ ਤੁਸੀਂ ਬਣਾ ਸਕਦੇ ਹੋ ਫੋਟੋ ਅਸੀਂ ਆਪਣਾ ਕੋਈ ਕੰਮ ਕਰਦੇ ਹੋਈਏ ਕੋਈ ਦੂਜਾ ਬੰਦਾ ਆ ਕੇ ਨਹੀਂ ਨਾ ਬਣਾ ਸਕਦਾ ਨਾ ਜੀ ਅੱਜ ਘੱਟੋ ਘੱਟ ਜੀ ਸਫਾਈ ਸੇਵਕ ਕੋਈ 60-70 ਸਫਾਈ ਸੇਵਕ ਸੀਗੇ ਜਿਹਨਾਂ ਨੂੰ ਰਾਸ਼ਨ ਮਿਲਿਆ
ਜਿਹੜਾ ਨਗਰ ਕੌਂਸਲ ਦੇ ਖਿਲਾਫ ਜਿਹੜਾ ਧਰਨਾ ਲਾਇਆ ਉਹ ਖਾਸ ਕੋਈ ਧਰਨਾ ਨਹੀਂ ਲੱਗਾ ਜੀ।